ਸਮਾਗਮਾਂ ਦੀ ਜਿਹੜੀ ਸ਼ੁਰੂਆਤ ਹੋਈ ਹੈਗੀ ਆ ਠੀਕ ਹੈ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਗੁਰੂ ਮਹਾਰਾਜ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਆਪਾਂ ਸਾਰੇ ਇੱਥੇ ਨਤਮਸਤਕ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੈਤਮਿਨ ਕੌਰ ਹੈ, ਮੈਂ ਮਾਤਾ ਸਾਹਿਬ ਕੋਲ ਗਰਲਸ ਕਾਲਜ ਤਲਵੰਡੀ ਸਾਬੋ ਤੋਂ ਆਈ ਹਾਂ ਤੇ ਅਸੀਂ ਸਾਰੇ ਇੱਥੇ ਜੈਤੋ ਦੇ ਮੋਰਚੇ ਦੇ 100 ਸਾਲ ਸ਼ਤਾਬਦੀ ਨੂੰ ਲੈ ਕੇ ਇਕੱਠੇ ਹੋਏ ਹਾਂ, ਜੋ ਕਿ ਮੋਰਚੇ ਨੂੰ ਲੈ ਕੇ ਜੋ ਕਿ ਅੰਗਰੇਜ਼ ਸੀ ਆਪਣੇ ਇੱਥੇ ਪੰਜਾਬ ਦੇ ਉੱਪਰ ਰਾਜ ਕਰਨਾ ਚਾਹੁੰਦੇ ਸੀ, ਪਰ ਇਸ ਮੋਰਚੇ ਰਾਹੀਂ ਅਸੀਂ ਆਪਾਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਤੇ ਅਸੀਂ 100 ਸਾਲ ਸ਼ਤਾਬਦੀ ਨੂੰ ਲੈ ਕੇ ਇੱਥੇ ਸਾਰੇ ਇਕੱਠੇ ਹੋਏ ਹਾਂ। ਧੰਨਵਾਦ। ਅਸੀਂ ਬਹੁਤ ਹੀ ਕਰਮਾਂ ਵਾਲੇ ਹਾਂ ਤਾਂ ਕਿ ਅਸੀਂ ਇਸ 100 ਸਾਲ ਸ਼ਤਾਬਦੀ ਵਿੱਚ ਭਾਗ ਲੈ ਰਹੇ ਹਾਂ ਤੇ ਜਿਹੜੇ ਕਰਮਾਂ ਵਾਲੇ ਲੋਕ ਹੁੰਦੇ ਉਹ ਇੱਥੇ ਮਤਲਬ ਕਿ 100 ਸਾਲ ਸ਼ਤਾਬਦੀ ਨੂੰ ਮਨਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤੋਂ ਦੇ ਮੋਰਚੇ ਦੇ ਮਹਾਨ ਸ਼ਹੀਦਾਂ ਦੀ ਸ਼ਤਾਬਦੀ 100 ਸਾਲਾ 21 ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚਾ ਖਾਲਸਾ ਪੰਥ ਮਨਾ ਰਿਹਾ। ਅੱਜ ਇਹ ਗੁਰਦੁਆਰਾ ਟਿੱਬੀ ਸਾਹਿਬ ਸ਼ਹੀਦ ਗੰਜ ਤੋਂ ਇਹ ਮਹਾਨ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਸਤਿਗੁਰਾਂ ਦੀ ਸਰਪ੍ਰਾਸਤੀ ਦੇ 5 ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਵਿੱਚ ਇਹ ਗੰਗਸਰ ਜਾ ਕੇ ਉਸ ਸਥਾਨ ਦੇ ਉੱਤੇ ਸਮਾਪਤੀ ਹੋਣੀ ਆ। ਸੋ ਇਹ ਅੱਜ ਉਹ ਮਰਿਆਦਾ ਜਿਹੜੀ ਪੁਰਾਣੀ ਵੀ ਕਿਵੇਂ ਸਿੰਘ ਜਾਂਦੇ ਸੀ ਤੇ ਕਿਵੇਂ ਸ਼ਹਾਦਤਾਂ ਦਿੰਦੇ ਸੀ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਰੀ ਸੰਗਤ ਨੇ ਅੱਜ ਏਦਾਂ ਹੀ ਤੁਰ ਕੇ ਉਸ ਗੱਡੀਆਂ ਦੇ ਵਿੱਚ ਜਾਣਾ ਸਾਰਿਆਂ ਨੇ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਜਿੱਥੇ ਨਮਸਕਾਰ ਆ ਨਤਮਸਤਕ ਹੁੰਦੇ ਆ ਉੱਥੇ ਕਾਮਨਾ ਵੀ ਕਰਦੇ ਹਾਂ ਕਿ ਸਤਿਗੁਰੂ ਜੀ ਇਹ ਜਿਹੜੀਆਂ ਤੁਸੀਂ ਸੰਦਲੀ ਪੈਰਾਂ ਸਿੱਖ ਪੰਥ ਦੇ ਵਿੱਚ ਪਾਈਆਂ, ਸਿੱਖ ਇਤਿਹਾਸ ਨੂੰ ਪੜ੍ਹਦਾ ਵੀ ਆ ਤੇ ਇਤਿਹਾਸ ਨੂੰ ਰਿਪੀਟ ਵੀ ਕਰਦਾ, ਇਹੀਓ ਕਾਰਨ ਹੈ ਕਿ ਅਜੋਕੇ ਯੁੱਗ ਦੇ ਵਿੱਚ ਵੀ ਜਦੋਂ ਕਦੋਂ ਕਿਸੇ ਨੇ ਗੁਰੂ ਘਰਾਂ ਦੇ ਵਿੱਚ ਬੇਹੁਰਮਤੀ ਕਰਨ ਦੀ ਯਤਨ ਕੀਤਾ ਗੁਰੂ ਕੇ ਸਿੱਖਾਂ ਨੇ ਆਪਣੇ ਸੀਸ ਦੇਣ ਤੋਂ ਕਦੇ ਵੀ ਪਰਵਾਹ ਨਹੀਂ ਕੀਤੀ। ਸੋ ਉਹਨਾਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਆਪਾਂ ਸਾਰੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਆ ਸਾਰੇ ਨਤਮਸਤਕ ਹੋ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ।